ਅੰਗੂਠਿਆਂ ਦੇ ਉੱਤੇ ਡੰਡ ਕੱਢ ਕੇ 60 ਸਕਿੰਟ ਦੇ ਵਿੱਚ 80 ਪੁਸ਼-ਅਪ ਲਾ ਕੇ ਇਹ ਗਿਨੀਜ਼ ਵਰਲਡ ਰਿਕਾਰਡ ਬਣਿਆ ਹੈਗਾ ਜਿਹੜਾ ਇਵੈਂਟ ਆ ਉਹਨੂੰ ਇਹਦਾ ਨਾਮ ਦਿੰਦੇ ਆ ਕਿ ਮੋਸਟ ਥੰ ਪੁਸ਼-ਅਪਸ ਇਨ 1 ਮਿੰਟ ਬਸ ਉਹਦਾ ਇਵੈਂਟ ਸੀਗਾ ਜਿਹੜਾ ਮੇਰਾ ਵਰਲਡ ਰਿਕਾਰਡ ਦੇ ਵਿੱਚ ਅੱਜ ਮੇਰਾ ਨਾਮ ਆਇਆ ਮੇਰਾ ਪਹਿਲਾ ਰਿਕਾਰਡ ਸੀਗਾ ਉਹ 69 ਦਾ ਸੀਗਾ ਉਹਨੂੰ ਰਿਕਾਰਡ ਨੂੰ ਹੁਣ ਟੁੱਟਿਆ ਉਹ ਹੁਣੇ 80 ਬਣਿਆ ਹੈਗਾ ਅ ਪਹਿਲਾ ਮੇਰਾ 골ਡਨ ਬੁੱਕ ਦੇ ਵਿੱਚ ਵੀ ਸੀਗਾ ਮੈਨੂੰ ਕਿਸੇ ਸਪਲੀਮੈਂਟ ਦੀ ਜ਼ਰੂਰਤ ਪਈ ਨਹੀਂ ਮੈਂ ਤਾਂ ਘਰੇ ਜੋ ਪੱਕਦਾ ਕਹਿ ਲੋ ਸਿੱਧੀ ਜੀ ਪੰਜਾਬੀ ਦੀ ਗੱਲ ਕਰਦਾ ਵੀ ਦਾਲ ਸਬਜ਼ੀ ਲੱਸੀ ਦੁੱਧ ਦਹੀਂ ਘਿਓ ਮੱਖਣ ਵਧੀਆ ਜਿਨੀ ਘੈਂਟ ਤੁਹਾਡੀ ਲੋਕ ਕਦੇ ਵਿਆਹ ਦੇ ਪ੍ਰਪੋਜ਼ਲ ਵੀ ਆ ਜਾਂਦੇ ਨੇ ਤੇ ਚਲੋ ਜੀ ਹੁਣ ਆਪਾਂ ਇਹ ਇਧਰ ਤੱਕ ਕਦੇ ਧਿਆਨ ਹੀ ਨਹੀਂ ਦਿੱਤਾ ਕਿਉਂ ਆਪਾਂ ਸਪੋਰਟਸ ਨੂੰ ਹੀ ਸਭ ਕੁਝ ਮੰਨਦੇ ਆ ਮੇਰੇ ਨਾਨਕੇ ਪਰਿਵਾਰ ਜਿੱਥੇ ਮੇਰਾ ਜਨਮ ਵੀ ਹੋਇਆ ਪਿੰਡ ਉਥੇ ਮਾਮਾ ਜੀ ਹੋਣਾ ਨੇ ਜਦੋਂ ਕਬੱਡੀਆਂ ਫੁੱਟਬਾਲ ਖੇਡਣੇ ਉਹੀ ਮੇਰੇ ਲਈ ਚਿੰਗਿਆਰੀ ਸੀ ਜਿਹੜੀ ਅੱਗ ਬਣੀ ਔਰ ਅੱਜੇ ਤੱਕ ਮੈਨੂੰ ਉਹਨੇ ਪਛਾਹ ਦਿੱਤਾ ਮੇਰਾ ਇਹ ਸਨੇਹਾ ਵੀ ਇੱਕ ਮੈਂ ਦੇਣਾ ਚਾਹੁੰਨਾ ਵੇਚੀ ਕਿ ਜਦੋਂ ਕੋਈ ਬੱਚਾ ਕਿਸੇ ਪਾਸੇ ਨਿਕਲਦਾ ਉਹਨੂੰ ਦਬਾਓ ਨਾ ਅਗਰ ਉਹ ਸਪੋਰਟਸ ਵਾਲ ਨੂੰ ਜਾਂਦਾ ਨਾ ਉਹਨੂੰ ਉਤਸ਼ਾਹਤ ਕਰੋ ਉਹਨੂੰ ਪ੍ਰੇਰਿਤ ਕਰੋ ਉਹਨੂੰ ਮੋਟੀਵੇਟ ਕਰੋ ਕਿ ਅੱਗੇ ਵਧ ਹੋ ਸਕਦਾ ਉਹ ਅੱਜ ਚੰਗਿਆੜੀ ਹੈ ਕੱਲ ਨੂੰ ਅੱਗ ਬਣ ਕੇ ਉਹ ਦੇਸ਼ ਲਈ ਮੈਡਲ ਕਢ ਲਿਆਵੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਿੱਥੇ ਬਹੁਤ ਮਹਾਨ ਸ਼ਖਸੀਅਤਾਂ ਤੇ ਬਹੁਤ ਮਹਾਨ ਯੋਧਿਆਂ ਨੇ ਜਨਮ ਲਿਆ ਤੇ ਇੱਕ ਦੌਰ ਇਦਾਂ ਦਾ ਵੀ ਪੰਜਾਬ ਦੇ ਵਿੱਚ ਆਇਆ ਜਦੋਂ ਕਿ ਬਹੁਤ ਸਾਰੇ ਨੌਜਵਾਨ ਨਸ਼ਿਆਂ ਦੇ ਵੱਲ ਤੁਰੇ ਕਈਆਂ ਨੇ ਤਾਂ ਆਪਣੀ ਜ਼ਿੰਦਗੀ ਨੂੰ ਇਸ ਰਾਹ ਦੇ ਵਿੱਚ ਇੱਥੋਂ ਤੱਕ ਬਰਬਾਦ ਕਰ ਲਿਆ ਕਿ ਸਿਰਫ ਉਹੀ ਨਹੀਂ ਯਾਨੀ ਕਿ ਉਹਨਾਂ ਦੇ ਨਾਲ ਜੁੜੇ ਜਿਹੜੇ ਪਰਿਵਾਰ ਉਹਨਾਂ ਦੇ ਸੀ ਉਹਨਾਂ ਦੀ ਜ਼ਿੰਦਗੀ ਵੀ ਕਾਫੀ ਹੱਦ ਤੱਕ ਕਹਿ ਸਕਦੇ ਹਾਂ ਕਿ ਸੂਲੀ ਉੱਤੇ ਟੰਗੀ ਗਈ ਪਰ ਇਸ ਦੇ ਵਿੱਚ ਕਈ ਨੌਜਵਾਨ ਅਜਿਹੇ ਵੀ ਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਸਿਰਫ ਬਚਾਇਆ ਹੀ ਨਹੀਂ ਯਾਨੀ ਕਿ ਉਸ ਮੰਜ਼ਲ ਤੱਕ ਵੀ ਪਹੁੰਚਾਇਆ ਜਿਸ ਦਾ ਕਿ ਬਹੁਤੇ ਨੌਜਵਾਨ ਜਿਹੜੇ ਨੇ ਉਹ ਸਿਰਫ ਸੁਪਨਾ ਹੀ ਲੈ ਸਕਦੇ ਨੇ ਤੇ ਉਹਨਾਂ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਮੇਰੇ ਨਾਲ ਨੇ ਹਰਪੀ ਸਿੰਘ ਉਰਫ ਵਿਕੀ ਦਿਓਲ ਬਾਈ ਹੁਣਾ ਦੀ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨਾ ਚਾਹੁੰਦਾ ਕਿ ਬਾਈ ਹੁਣਾ ਨੇ ਇੱਕ ਅਨੋਖਾ ਰਿਕਾਰਡ ਕਾਇਮ ਕੀਤਾ ਹੈ ਜਿਹੜਾ ਕਿ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਦਰਜ ਕਰਾਇਆ ਹੈ ਤੇ ਬਾਈ ਹੁਣਾ ਤੋਂ ਅਸੀਂ ਜਾਣਾਂਗੇ ਕਿ ਉਹਨਾਂ ਨੇ ਅਜਿਹੀ ਕਿਹੜੀ ਕਰਾਮਾਤ ਕੀਤੀ ਹੈ ਕਿ ਜਿਹੜੀ ਤੁਹਾਡਾ ਨਾਮ ਜਿਹੜਾ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਕਰਵਾਇਆ ਗਿਆ ਹੈ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਨਾ ਚਾਹੁੰਦਾ ਤੇ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਜਿਹੜਾ ਨਾਮ ਤੁਸੀਂ ਆਪਣਾ ਇਹਨਾਂ ਨਾਮ ਨਾਲ ਖਟਿਆ ਦੁਨੀਆ ਤੇ ਥੈਂਕ ਯੂ ਸੋ ਮੱਚ ਤੁਸੀਂ ਇੱਥੇ ਆਏ ਬਹੁਤ ਵਧੀਆ ਲੱਗਿਆ ਧੰਨਵਾਦ ਇਹ ਜਿਹੜਾ ਜੀ ਤੁਸੀਂ ਪੁੱਛਿਆ ਸਵਾਲ ਇਹਦਾ ਇਹ ਆ ਕਿ ਅ ਅੰਗੂਠਿਆਂ ਦੇ ਉੱਤੇ ਡੰਡ ਕੱਢ ਕੇ 60 ਸਕਿੰਟ ਦੇ ਵਿੱਚ 80 ਪੁਸ਼-ਅਪ ਲਾ ਕੇ ਇਹ ਗਿਨੀਜ਼ ਵਰਲਡ ਰਿਕਾਰਡ ਬਣਿਆ ਹੈਗਾ ਅ ਇਹਨੂੰ ਆਪਾਂ ਜਿਹੜਾ ਇਵੈਂਟ ਆ ਉਹਨੂੰ ਇਹਦਾ ਨਾਮ ਦਿੰਦੇ ਆ ਕਿ ਮੋਸਟ ਥੰਬ ਪੁਸ਼-ਅਪਸ ਇਨ 1 ਮਿੰਟ ਹਮ ਬਸ ਉਹਦਾ ਇਵੈਂਟ ਸੀਗਾ ਜਿਹੜਾ ਮੇਰਾ ਵਰਲਡ ਰਿਕਾਰਡ ਦੇ ਵਿੱਚ ਅੱਜ ਮੇਰਾ ਨਾਮ ਆਇਆ ਤਾਂ ਜਿਹੜਾ ਮੇਰਾ ਪਹਿਲਾ ਰਿਕਾਰਡ ਸੀਗਾ ਉਹ 69 ਦਾ ਸੀਗਾ ਉਹਨੂੰ ਰਿਕਾਰਡ ਨੂੰ ਹੁਣ ਟੁੱਟਿਆ ਉਹ ਹੁਣ 80 ਬਣਿਆ ਹੈਗਾ ਤਾਂ ਪਹਿਲਾ ਮੇਰਾ 골ਡਨ ਬੁੱਕ ਦੇ ਵਿੱਚ ਵੀ ਸੀਗਾ ਹੁਣ ਇਹ ਗਿਨੀਜ਼ ਦੇ ਵਿੱਚ ਵੀ ਆ ਹਾਂ ਬਿਲਕੁਲ ਵਿਕੀ ਜੀ ਜਿਵੇਂ ਤੁਸੀਂ ਕਿਹਾ ਕਿ ਇੱਕ ਤੁਹਾਡਾ 69 ਪੁਸ਼-ਅਪ ਵਾਲਾ ਰਿਕਾਰਡ ਸੀ ਜਿਵੇਂ ਗਲਤ ਨਹੀਂ ਤੇ ਆਪਾਂ ਇੱਕ ਸਾਲ ਪਹਿਲਾਂ ਵੀ ਜਦੋਂ ਮਿਲੇ ਸੀ ਤੇ ਤੁਸੀਂ ਮੈਨੂੰ ਇਦਾਂ ਹੀ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਸੀਗਾ ਕਿ ਮੇਰਾ ਇਹ ਰਿਕਾਰਡ ਕਾਇਮ ਕੀਤਾ ਹੋਇਆ ਵਾ ਇਹ ਰਿਕਾਰਡਾਂ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਹਿਲਾਂ ਮੈਂ ਉਹਨਾਂ ਨੌਜਵਾਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦਾ ਕਿ ਤੁਹਾਡੇ ਜ਼ਰੀਏ ਪਹਿਲਾਂ ਮੈਨੂੰ ਤੁਹਾਡੀ ਉਮਰ ਦਾ ਜਿਹੜਾ ਤੁਹਾਡੀ ਉਮਰ ਹੈ ਉਹ ਕਿੰਨੀ ਹੈ ਇਹ ਜ਼ਰੂਰ ਜਾਣਨਾ ਚਾਹੂੰਗਾ ਅੱਜ ਮੇਰੀ ਉਮਰ 46 47 ਸਾਲ ਆ ਜੀ 46 47 ਸਾਲ ਦੇ ਨੇ ਪਰ ਪੂਰੇ ਫਿੱਟ ਰੱਖਿਆ ਆਪਣੇ ਆਪ ਨੂੰ ਤੁਸੀਂ ਦੇਖ ਸਕਦੇ ਆ ਬਾਈ ਦੀ ਕੱਲੀ ਕੱਲੀ ਜਾਂ ਮਸਲ ਦੀ ਵਾਸਕ ਕੁਆਲਿਟੀ ਉਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜੀ ਆ ਕੀਤਾ ਹੋਇਆ ਖੁਦ ਨੂੰ ਬਣਾਇਆ ਕਿਉਂਕਿ ਬਹੁਤੇ ਨੌਜਵਾਨ ਨੇ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਸਪਲੀਮੈਂਟਸ ਦਾ ਪ੍ਰਯੋਗ ਕਰਦੇ ਨੇ ਜਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਕਿਤਨਾ ਕਿਤੇ ਆਪਣੇ ਸਰੀਰ ਨੂੰ ਨੁਕਸਾਨ ਵੀ ਪਹੁੰਚਾਉਂਦੇ ਨੇ ਕਿ ਮਤਲਬ ਇਸ ਤਰੀਕੇ ਦਾ ਸਰੀਰ ਜਿਸ ਤਰੀਕੇ ਨਾਲ ਤੁਸੀਂ ਢਾਲਿਆ ਹੈ ਕਿ ਕੁਝ ਅਜਿਹੇ ਵੀ ਤੁਸੀਂ ਪ੍ਰਯੋਗ ਕੀਤਾ ਹੋਇਆ ਸਪਲੀਮੈਂਟਸ ਵਗੈਰਾ ਲਏ ਨੇ ਜਾਂ ਸਿਰਫ ਘਰ ਦੀ ਖਰਾਕ ਨਾਲ ਹੀ ਸਭ ਕੁਝ ਇਹ ਗੁਜ਼ਾਰਾ ਕਰਨਾ ਪਿਆ ਵਾ ਨਹੀਂ ਇਹ ਗੁਜ਼ਾਰਾ ਨਾ ਕਹੋ ਜੀ ਘਰ ਦੀ ਖਰਾਕ ਵਰਗੀ ਦਾ ਖਰਾਕ ਹੀ ਹੈ ਨਹੀਂ ਕਿਉਂਕਿ ਮੈਂ ਤਾਂ ਗੁਜ਼ਾਰੇ ਦੀ ਗੱਲ ਤਾਂ ਕਰ ਰਿਹਾ ਨਾ ਕਿਉਂਕਿ ਨੌਜਵਾਨ ਸੰਤੁਸ਼ਟ ਨਹੀਂ ਹੁੰਦੇ ਉਹ ਬਾਹਰਲੇ ਸਪਲੀਮੈਂਟ ਜ਼ਿਆਦਾ ਖਰੀਦਦੇ ਨੇ ਮਹਿੰਗੇ ਮਹਿੰਗੇ ਸਪਲੀਮੈਂਟ ਜ਼ਿਆਦਾ ਖਰੀਦਦੇ ਨੇ ਇਸ ਲਈ ਉਹ ਚੀਜ਼ ਮੈਂ ਕਿਤਨਾ ਕਿਤੇ ਉਹ ਗੱਲ ਕਹਿਣੀ ਪੈਂਦੀ ਆ ਅ ਮੈਂ ਜੀ ਕੋਈ ਗੱਲ ਨਹੀਂ ਕਰਦਾ ਕਿਸੇ ਦੀ ਲੇਕਿਨ ਜਿਹੜੀ ਮੈਂ ਆਪਦੀ ਹੋਈ ਗੱਲ ਕਰੂੰਗਾ ਕਿ ਮੈਨੂੰ ਤਾਂ ਇਹ ਮੇਰੇ ਲਈ ਖਰਾ ਕੇ ਵਰਦਾਨ ਬਣ ਗਈ ਜੀ ਤਾਂ ਮੈਨੂੰ ਕਿਸੇ ਸਪਲੀਮੈਂਟ ਦੀ ਜ਼ਰੂਰਤ ਪਈ ਨਹੀਂ ਮੈਂ ਤਾਂ ਘਰੇ ਜੋ ਪੱਕ ਦਾ ਕਹਿ ਲੋ ਸਿੱਧੀ ਜੀ ਪੰਜਾਬੀ ਦੀ ਗੱਲ ਕਰਦਾ ਵੀ ਦਾਲ ਸਬਜ਼ੀ ਲੱਸੀ ਦੁੱਧ ਦਹੀਂ ਘਿਓ ਮੱਖਣ ਆ ਮੱਖਣ ਘਿਓ ਦਾ ਮੈਂ ਥੋੜਾ ਸ਼ਕੀਨ ਆ ਉਹਦੇ ਕਰਕੇ ਬਈ ਮੇਰੇ ਆ ਰਿਕਾਰਡ ਬਣੇ ਮੈਨੂੰ ਮੈਨੂੰ ਕਈਆਂ ਨੇ ਸਵਾਲ ਕੀਤਾ ਵੀ ਤੁਹਾਨੂੰ ਸਰ ਜਾਂ ਭਾਜੀ ਬਈ ਇਹਦੀ ਤੁਹਾਨੂੰ ਕਮਜ਼ੋਰੀ ਨਹੀਂ ਹੁੰਦੀ ਬਈ ਤੁਸੀਂ ਲਗਾਤਾਰ ਪੁਸ਼-ਅਪ ਲਾਉਂਦੇ ਰਹਿੰਦੇ ਹੋ ਕਈ-ਕਈ ਘੰਟੇ ਤਾਂ ਮੇਰਾ ਜਵਾਬ ਹਮੇਸ਼ਾ ਇਹੀ ਰਹਿੰਦਾ ਕਿ ਕਮਜ਼ੋਰੀ ਬਿਲਕੁਲ ਨਹੀਂ ਹੁੰਦੀ ਮੈਨੂੰ ਕਦੇ ਅੱਜ ਤੱਕ ਵੀਕਨੈਸ ਨਾਂ ਦੀ ਚੀਜ਼ ਕਦੇ ਮੈਨੂੰ ਨਹੀਂ ਸ਼ੂ ਸਕੀ ਬਸ ਮੇਰੇ ਅੰਦਰ ਇਹੀ ਰਹਿੰਦਾ ਕਿ ਮੈਂ ਹੋਰ ਜ਼ਿਆਦਾ ਇਹਨੂੰ ਅੱਗੇ ਕਿਵੇਂ ਵਧਾ ਸਕਦਾ ਹਾਂ ਹੋਰ ਜ਼ਿਆਦਾ ਸਰੀਰ 'ਚ ਸਟਰੈਂਥ ਕਿਵੇਂ ਕਰ ਸਕਦਾ ਹਾਂ ਹੋਰ ਸਪੀਡ ਔਰ ਪਾਵਰ ਕਿਵੇਂ ਲਿਆ ਸਕਦਾ ਉਹਦੇ ਲਈ ਮੇਰਾ ਇਕੋ ਹੀ ਆ ਵੀ ਘਰ ਦੀ ਰੋਟੀ ਦਾ ਉਹੀ ਹੁੰਦੀ ਆ ਲੇਕਿਨ ਐਕਸਰਸਾਈਜ਼ ਮੈਂ ਜ਼ਰੂਰ ਕਰਦਾ ਵਧੀਆ ਉਹਨੂੰ ਲਗਨ ਨਾਲ ਕਰਦਾ ਇਹ ਨਹੀਂ ਕਿ ਵੀ ਮੈਂ ਐਕਸਰਸਾਈਜ਼ ਕਰਨ ਵੇਲੇ ਕਿਤੇ ਧਿਆਨ ਆਪਣਾ ਕਿਤੇ ਹੋਰ ਲੈ ਜਾਣਾ ਨਹੀਂ ਜਦੋਂ ਮੈਂ ਐਕਸਰਸਾਈਜ਼ ਕਰਦਾ ਉਦੋਂ ਉਹਨੂੰ ਪੂਰੀ ਮਤਲਬ ਲਗਨ ਨਾਲ ਤੇ ਮਿਹਨਤ ਨਾਲ ਐਕਸਰਸਾਈਜ਼ ਕਰਦਾ ਜਿੰਨੀ ਵਧੀਆ ਜਿੰਨੀ ਘੈਂਟ ਤੁਹਾਡੀ ਲੋਕ ਕਿ ਕਦੀ ਵਿਆਹ ਦੇ ਪ੍ਰਪੋਜ਼ਲ ਵੀ ਆ ਜਾਂਦੇ ਨੇ ਇਹ ਚਲੋ ਜੀ ਹੁਣ ਆਪਾਂ ਇਹ ਇਧਰ ਦਾ ਕਦੇ ਧਿਆਨ ਹੀ ਨਹੀਂ ਦਿੱਤਾ ਕਿ ਆਪਾਂ ਸਪੋਰਟਸ ਨੂੰ ਹੀ ਸਭ ਕੁਝ ਮੰਨਦੇ ਆ ਪਰ ਹਾਂ ਇਦਾਂ ਦੇ ਕਮੈਂਟ ਜਰੂਰ ਆ ਜਾਂਦੇ ਆ ਕਿ ਮੁੰਡਿਆ ਤੂੰ ਵਿਆਹਾ ਹੋਇਆ ਹਾਂ ਜਾਂ ਕੁਵਾਰਾਂ ਠੀਕ ਹਾਂਜੀ ਤੋਂ ਬੜਾ ਦਿਲਚਸਪ ਹੁੰਦਾ ਜਦੋਂ ਕੋਈ ਇਦਾਂ ਕਹਿ ਦਵੇ ਫਿਰ ਵੀ ਕਿਉਂਕਿ ਉਮਰ ਨਹੀਂ ਲੱਗਦੀ ਨਹੀਂ ਜਿੰਨੀ ਤੁਸੀਂ ਕਹਿ ਰਹੇ ਹੋ ਪਰ ਮੈਨੂੰ ਕਿਤੇ ਨਾ ਕਿਤੇ ਸ਼ੱਕ ਜ਼ਰੂਰ ਹੋ ਰਿਹਾ ਤੁਹਾਡੇ ਤੇ ਕਿ ਤੁਸੀਂ ਤੁਸੀਂ ਇਹ ਗੱਲ ਕਹਿ ਰਹੇ ਕਿ ਮੇਰੀ ਇੰਨੀ ਉਮਰ ਨਹੀਂ ਜੀ ਸ਼ੱਕ ਵਾਲੀ ਤਾਂ ਗੱਲ ਹੈ ਨਹੀਂ ਕਾਗਜ਼ਾਂ 'ਚ ਤਾਂ ਮੇਰੀ ਵਾਕਈ ਇੰਨੀ ਉਮਰ ਆ ਪਰ ਮੈਂ ਇਹਨੂੰ ਭੁੱਲਿਆ ਹੋਇਆ ਜੀ ਸਾਰਾ ਕੁਝ ਜਦੋਂ ਤੁਸੀਂ ਆ ਜਾਂਦੇ ਹੋ ਸਾਰੇ ਜਾਣੇ ਮਸ਼ਹੂਰੀਆਂ ਖਬਰਾਂ ਲਾਉਣ ਇੰਟਰਵਿਊ ਲੈਣ ਉਦੋਂ ਚੇਤਾ ਆ ਜਾਂਦਾ ਕਿ ਮੇਰੀ ਇੰਨੀ ਉਮਰ ਆ ਉਹਦਾ ਭੁੱਲ ਜਾਂਦੇ ਆ ਠੀਕ ਹੈ ਕਦੇ ਯਾਦ ਹੀ ਨਹੀਂ ਰੱਖਣਾ ਚਾਹੀਦਾ ਕਿਤੇ ਇਹ ਵੀ ਲੱਗਦਾ ਕਿ ਕਦੇ ਮਾਣ ਮਹਿਸੂਸ ਹੁੰਦਾ ਆਪਣੇ ਆਪ ਤੇ ਕਿ ਜਿਵੇਂ ਸੋਚਿਆ ਸੀਗਾ ਉਹ ਪਾਲਿਆ ਬਿਲਕੁਲ ਜੀ ਇੱਕ ਸਮਾਂ ਇਦਾਂ ਦਾ ਸੀ ਜਦੋਂ ਮੈਂ ਕਹਿੰਦਾ ਹੁੰਦਾ ਸੀ ਵੀ ਠੀਕ ਆ ਵਿਕੀ ਦਿਉਲਾ ਤੂੰ ਵਧੀਆ ਮਿਹਨਤ ਕਰਦਾ ਵਧੀਆ ਗੱਲ ਆ ਲੇਕਿਨ ਅੱਜ ਜਿਹੜੇ ਆਪਣੇ ਘਰੇ ਸਰਟੀਫਿਕੇਟ ਟੰਗੇ ਹੋਏ ਨੇ ਉਹਨਾਂ ਨੂੰ ਦੇਖ ਕੇ ਸਲੂਟ ਕਰਨ ਨੂੰ ਜੀ ਕਰਦਾ ਕਦੇ-ਕਦੇ ਕਿ ਵਾਹ ਵੀ ਮਾਲਕਾ ਅੱਜ ਇੱਥੇ ਤੱਕ ਪਹੁੰਚਾ ਦਿੱਤਾ ਬਹੁਤ ਬਹੁਤ ਧੰਨਵਾਦ ਕਰਦਾ ਰਿਸਪੈਕਟ ਨਹੀਂ ਕੀਤਾ ਹੋਣਾ ਨਾ ਕਦੀ ਇਦਾਂ ਦਾ ਕਦੀ ਵੀ ਕਿ ਜਦੋਂ ਸੋਚ ਕੇ ਤੁਰੇ ਸੀਗੇ ਅੱਛਾ ਇਹ ਕਿਵੇਂ ਸ਼ੌਕ ਕਿਵੇਂ ਪੈਦਾ ਹੋਇਆ ਕਿਉਂਕਿ ਇਸ ਲਾਈਨ ਦੇ ਵਿੱਚ ਦੇਖਿਆ ਜਾਵੇ ਤਾਂ ਬਹੁਤੇ ਨੌਜਵਾਨ ਨਹੀਂ ਹੈਗੇ ਜਿਹੜੇ ਇੰਟਰਸਟਿਡ ਹੋਣਗੇ ਐਥਲੀਟ ਦੇ ਵਿੱਚ ਜਾਂ ਐਥਲੀਟ ਕਹਿ ਸਕਦੇ ਆ ਤੁਹਾਨੂੰ ਤੁਸੀਂ ਐਥਲੀਟ ਹੀ ਬਿਲਕੁਲ ਨਾਲੇ ਸਿੰਗਲ ਮੇਰੇ ਕੱਲੇ ਦਾ ਇਵੈਂਟ ਆ ਨਾ ਇਹ ਇਹਦੇ ਲਈ ਐਥਲੀਟ ਹੀ ਕਿਹਾ ਜਾ ਸਕਦਾ ਹੈ ਤੇ ਫਿਰ ਕੋਈ ਨੌਜਵਾਨਾਂ ਨੂੰ ਸੁਨੇਹਾ ਇਹੋ ਜਿਹਾ ਕਿ ਜਿਹੜੇ ਤੁਹਾਡੇ ਵਾਂਗੂ ਬਣ ਸਕਣ ਬਿਲਕੁਲ ਬਣਨਾ ਚਾਹੀਦਾ ਮੇਰੇ ਵੀ ਜਿਹੜੇ ਪ੍ਰੇਰਨਾ ਸਰੋਤ ਨੇ ਮੈਂ ਵੀ ਉਹਨਾਂ ਦੀ ਉਹਨਾਂ ਬਾਰੇ ਸੋਚਿਆ ਸੀਗਾ ਕਿ ਮੈਂ ਇਦਾਂ ਦਾ ਬਣਾ ਹਨਾ ਤੇ ਹੁਣ ਮੇਰੇ ਬਾਰੇ ਅੱਜ ਉਹਨਾਂ ਦੀ ਜਗ੍ਹਾ ਤੇ ਮੈਨੂੰ ਮਾਲਕ ਨੇ ਖੜੇ ਕਰ ਦਿੱਤਾ ਮੈਨੂੰ ਇਹ ਮਾਣ ਬਖਸ਼ਿਆ ਅੱਜ ਜਿਹੜੇ ਯੂਥ ਆ ਉਹ ਮੇਰੇ ਵੱਲ ਵੀ ਦੇਖਦਾ ਕਿ ਅਸੀਂ ਹਰਪ੍ਰੀਤ ਸਿੰਘ ਵਿੱਕੀ ਦਿਓਲ ਵਰਗੇ ਬਣੀਏ ਤਾਂ ਜ਼ਰੂਰ ਬਨਣਾ ਚਾਹੀਦਾ ਕਿਉਂ ਨਹੀਂ ਕਿਉਂ ਇਹਦੇ ਲਈ ਇੱਕੋ ਹੀ ਇੱਕ ਇਹਦੀ ਸਫਲਤਾ ਦੀ ਕੁੰਜੀ ਇਹ ਆ ਕਿ ਅਸੀਂ ਮਿਹਨਤ ਕਰਨ ਤੋਂ ਕਦੇ ਪਿੱਛੇ ਨਾ ਹਟੀਏ ਜਦੋਂ ਅਸੀਂ ਮਿਹਨਤ ਕਰਦੇ ਰਹਨੇ ਆ ਤਾਂ ਸਾਨੂੰ ਕਾਮਯਾਬੀ ਜ਼ਰੂਰ ਮਿਲਦੀ ਆ ਇਹ ਅੱਜ ਇਹ ਸਾਬਤ ਹੋ ਗਿਆ ਅੱਜ ਇਹ ਸਾਬਤ ਹੋ ਗਿਆ ਵੈਸੇ ਵੈਸੇ ਸਾਬਤ ਹੋ ਗਿਆ ਵੈਸੇ ਖਿਡਾਰੀ ਦਾ ਜੀਵਨ ਵੀ ਸੰਘਰਸ਼ ਦਾ ਭਰਿਆ ਹੋਇਆ ਹੁੰਦਾ ਹੈ ਬਹੁਤ ਸਾਰਾ ਸੰਘਰਸ਼ ਤੁਸੀਂ ਵੀ ਕੀਤਾ ਹੋਣਾ ਕਿਉਂਕਿ ਇੱਕ ਲੰਮੇ ਸਮੇਂ ਤੋਂ ਤੁਸੀਂ ਆਪਣੀ ਮਿਹਨਤ ਨੂੰ ਜਾਰੀ ਰੱਖਿਆ ਤੇ ਪਰਿਵਾਰ ਦਾ ਸਾਥ ਇੱਥੇ ਕਿਵੇਂ ਦਾ ਸੀਗਾ ਜੀ ਬਹੁਤ ਜ਼ਿਆਦਾ ਸਾਥ ਰਿਹਾ ਮੈਨੂੰ ਨਾ ਜਿੱਦਾਂ ਹੁਣ ਘਰ ਦੀਆਂ ਜ਼ਿੰਮੇਵਾਰੀਆਂ ਦੇ ਕਈ ਵਾਰੀ ਆਪਾਂ ਬੋਝ ਥੱਲੇ ਆ ਜਾਂਦੇ ਆ ਉਦਾਂ ਦਾ ਮੈਨੂੰ ਨਹੀਂ ਆਉਣ ਦਿੱਤਾ ਮੇਰੇ ਘਰਦਿਆਂ ਨੇ ਮੈਨੂੰ ਫ੍ਰੀ ਰੱਖਿਆ ਜਾਂ ਕਹਿ ਲੋ ਵੀ ਇਹ ਵੀ ਮਾਲਕ ਦੀ ਕੋਈ ਕਿਰਪਾ ਵਾ ਤੋ ਉਹਦੇ ਕਰਕੇ ਮੈਂ ਫਿਰ ਆਪਣਾ ਸਾਰਾ ਧਿਆਨ ਆਪਣੀ ਐਕਸਰਸਾਈਜ਼ ਤੇ ਦਿੰਦਾ ਰਿਹਾ ਆਪਣੀ ਗੇਮ ਤੇ ਦਿੰਦਾ ਰਿਹਾ ਜਿਹਦੇ ਕਰਕੇ ਇੱਥੇ ਤੱਕ ਮੈਂ ਪਹੁੰਚ ਗਿਆ ਪਰ ਮੈਂ ਐਕਸਰਸਾਈਜ਼ ਕਦੇ ਇੱਕ ਦਿਨ ਵੀ ਨਹੀਂ ਛੱਡੀ ਇਹ ਗੱਲ ਹੈ ਕਿ ਐਕਸਰਸਾਈਜ਼ ਜਦੋਂ ਕਦੇ ਮਾੜਾ ਮੋਟਾ ਸੀਜ਼ਨ ਬਦਲ ਤੇ ਕਦੇ ਵਾਰ ਕੋਈ ਥੋੜਾ ਬੋਤਾ ਬੁਖਾਰ ਵੀ ਚੜ ਜਾਣਾ ਤਾਂ ਵੀ ਐਕਸਰਸਾਈਜ਼ ਜ਼ਰੂਰ ਕਰਨੀ ਵਗਾਰਾ ਪੇ ਉਤਰ ਜਾਣਾ ਇਹ ਚੀਜ਼ ਮੇਨ ਆ ਜੇ ਜਦੋਂ ਸਰੀਰ ਸਾਡਾ ਗਰਮ ਹੋ ਜਾਂਦਾ ਪੂਰਾ ਵਾਰਮ ਅਪ ਹੋ ਜਾਂਦਾ ਉਦੋਂ ਕਈ ਤਰ੍ਹਾਂ ਦੇ ਕਟਾਣੂਆਂ ਨੂੰ ਉਹ ਖਤਮ ਕਰਨ ਦੇ ਸਮਰੱਥ ਬਣ ਜਾਂਦਾ ਉਹਦੇ ਚ ਜਿਹਨੂੰ ਕਹਿੰਦੇ ਆ ਵੀ ਉਹਦੇ ਚ ਪਾਵਰ ਆ ਜਾਂਦੀ ਆ ਜਿਹਦੇ ਨਾਲ ਆ ਕਈ ਤਰ੍ਹਾਂ ਦੇ ਵਾਇਰਸ ਦੁਨੀਆ ਧਰਤੀ 'ਚ ਆਪਣੀ ਚ ਆਉਂਦੇ ਰਹਿੰਦੇ ਨੇ ਬੈਕਟੀਰੀਆ ਫੈਲਦੇ ਰਹਿੰਦੇ ਨੇ ਜਦੋਂ ਅਸੀਂ ਵਰਕਆਊਟ ਕਰਦੇ ਆ ਕਸਰਤ ਕਰਦੇ ਆ ਤਾਂ ਸਾਡਾ ਸਰੀਰ ਤਕੜਾ ਹੁੰਦਾ ਤੇ ਉਹਨਾਂ ਉਹਨਾਂ ਦੇ ਖਿਲਾਫ ਲੜਦਾ ਲੜਨ ਲਈ ਸਮਰੱਥ ਹੋ ਜਾਂਦਾ ਇਸ ਲਈ ਕਸਰਤ ਬਹੁਤ ਜ਼ਰੂਰੀ ਆ ਬਿਲਕੁਲ ਵਿੱਕੀ ਜੀ ਜਿਵੇਂ ਕਿਹਾ ਜਾਂਦਾ ਹੈ ਕਿ ਅਕਸਰ ਸੁਣਿਆ ਜਾਂਦਾ ਹੈ ਕਿ ਇੱਕ ਚੰਗਾ ਖਿਡਾਰੀ ਬਣਨ ਦੇ ਲਈ ਕਿ ਕਾਮਯਾਬ ਹੋਣ ਦੇ ਲਈ ਮੋਟੀਵੇਸ਼ਨ ਹੋਣੀ ਬੜੀ ਜ਼ਰੂਰੀ ਆ ਬੰਦੇ ਚ ਅੱਗ ਹੋਣੀ ਬੜੀ ਜ਼ਰੂਰੀ ਆ ਇਹ ਅੱਗ ਕਿੱਥੋਂ ਆਈ ਕਿੰ ਨੂੰ ਦੇਖ ਕੇ ਆਈ ਹੈ ਅਜਿਹੀ ਅੱਗ ਬਿਲਕੁਲ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਆਪਣੇ ਖਿਡਾਰੀ ਚੋਟੀ ਤੇ ਪਹੁੰਚੇ ਨੇ ਜਾਂ ਚੋਟੀ ਤੇ ਤਾਂ ਚਲੋ ਜਦੋਂ ਪਹੁੰਚੇ ਨੇ ਪਹਿਲਾਂ ਕਦੇ ਪਿੰਡ ਲੈਵਲ ਤੇ ਵੀ ਸੀਗੇ ਮੇਰੇ ਮੇਰੇ ਨਾਨਕੇ ਪਰਿਵਾਰ ਜਿੱਥੇ ਮੇਰਾ ਜਨਮ ਵੀ ਹੋਇਆ ਪਿੰਡ ਉਹਦੇ ਮਾਮਾ ਜੀ ਹੋਣਾ ਨੇ ਜਦੋਂ ਕਬੱਡੀਆਂ ਫੁੱਟਬਾਲ ਖੇਡਣੇ ਉਹੀ ਮੇਰੇ ਲਈ ਚੰਗਿਆਰੀ ਸੀ ਜਿਹੜੀ ਅੱਗ ਬਣੀ ਔਰ ਇੱਥੇ ਤੱਕ ਮੈਨੂੰ ਉਹਨੇ ਪਹਚਾ ਦਿੱਤਾ ਮੇਰਾ ਇਹ ਸੁਨੇਹਾ ਵੀ ਇੱਕ ਮੈਂ ਦੇਣਾ ਚਾਹੁੰਦਾ ਵੇਚੀ ਕਿ ਜਦੋਂ ਕੋਈ ਬੱਚਾ ਕਿਸੇ ਪਾਸੇ ਨਿਕਲਦਾ ਉਹਨੂੰ ਦਬਾਓ ਨਾ ਅਗਰ ਉਹ ਸਪੋਰਟਸ ਵਾਲ ਨੂੰ ਜਾਂਦਾ ਨਾ ਉਹਨੂੰ ਉਤਸ਼ਾਹਤ ਕਰੋ ਉਹਨੂੰ ਪ੍ਰੇਰਿਤ ਕਰੋ ਉਹਨੂੰ ਮੋਟੀਵੇਟ ਕਰੋ ਕਿ ਅੱਗੇ ਵੱਧ ਹੋ ਸਕਦਾ ਉਹ ਅੱਜ ਚੰਗਿਆੜੀ ਹੈ ਕੱਲ ਨੂੰ ਅੱਗ ਬਣ ਕੇ ਉਹ ਦੇਸ਼ ਲਈ ਮੈਡਲ ਕੱਢ ਲਿਆਵੇ ਕਦੇ ਵੀ ਕਿਸੇ ਨੂੰ ਸਧਾਰਨ ਨਾ ਸਮਝੋ ਉਹਦੀ ਕਦਰ ਕਰੋ ਉਹਦੀ ਇੱਜ਼ਤ ਕਰੋ ਉਹਨੂੰ ਅੱਗੇ ਹੌਸਲਾ ਦੇ ਕੇ ਵਧਾਓ ਬਿਲਕੁਲ ਇਹ ਜ਼ਰੂਰੀ ਨੇ ਚੀਜ਼ਾਂ ਕਿਉਂਕਿ ਖਿਡਾਰੀ ਦੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਹੁੰਦੀਆਂ ਨੇ ਚੀਜ਼ਾਂ ਕਿ ਜਦੋਂ ਕੋਈ ਵੀ ਖਿਡਾਰੀ ਸੱਚੇ ਦਿਲੋਂ ਮਿਹਨਤ ਕਰਦਾ ਹੈ ਤੇ ਉਸ ਦੀ ਹੌਸਲਾ ਅਫਜਾਈ ਕਰਨੀ ਚਾਹੀਦੀ ਹੈ ਕਿਤਨਾ ਕਿਤੇ ਉਸ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਤਾਂ ਜੋ ਚੰਗੀਆਂ ਚੀਜ਼ਾਂ ਦੇ ਉੱਤੇ ਧਿਆਨ ਦੇ ਸਕਦੇ ਤੁਹਾਡੇ ਨਾਲ ਜਿਹੜੇ ਬੈਠੇ ਨੇ ਇਸ ਵਕਤ ਉਹ ਕੌਣ ਨੇ ਤੁਹਾਡੇ ਮਾਮਾ ਜੀ ਨੇ ਮੇਰੇ ਮਾਮਾ ਜੀ ਨੇ ਉਹ ਜੀ ਕਲੋਨੀ ਦੋ ਸ਼ਬਦਾਂ ਦੇ ਮਾ ਜੋ ਜਦੋਂ ਦੋ ਵਾਰੀ ਮਾ ਲਿਖਿਆ ਜਾਂਦਾ ਹੈ ਤੇ ਮਾ ਮਾ ਬਣਦਾ ਹੈ ਤੇ ਮਾਮਾ ਜੀ ਅੱਜ ਬੈਠੇ ਨੇ ਤੇ ਮਾਮਾ ਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਕਿ ਤੁਹਾਡੇ ਭਾਂਜੇ ਵੱਲੋਂ ਅੱਜ ਇੰਨੀ ਵੱਡੀ ਮਹਿਸੂਸ ਹੋ ਰਿਹਾ ਜੀ ਸਾਨੂੰ ਸਾਡੇ ਭਾਂਜੇ ਨੇ ਇਹ ਅਚੀਵਮੈਂਟ ਕੀਤੀ ਹੈ ਇੱਕ ਰਿਕਾਰਡ ਬਣਾਇਆ ਰਿਕਾਰਡ ਤਾਂ 3-4 ਸਾਲਾਂ ਤੋਂ ਲਗਾਤਾਰ ਬਣਾਉਂਦਾ ਆ ਰਿਹਾ ਪਰ ਆਪਣੀ ਰਿਕਾਰਡ ਨੂੰ ਤੋੜ ਕੇ ਅੱਜ ਅੱਗੇ ਵਧਿਆ ਪਹਿਲਾਂ 69 ਦਾ ਸੀ ਹੁਣ ਅਸੀਂ 80 ਪੁਸ਼ਅਪ ਦਾ ਇਹਨੇ ਰਿਕਾਰਡ ਬਣਾਇਆ ਬਹੁਤ ਵਧੀਆ ਲੱਗਦਾ ਬਹੁਤ ਮਾਣ ਮਹਿਸੂਸ ਹੋ ਰਿਹਾ ਸਾਨੂੰ ਵੀ ਆਪਣੇ ਪਿੰਡ 'ਚ ਲੱਗਦਾ ਕਿ ਅਸੀਂ ਵੀ ਜਾਨੀ ਸਿਰ ਉੱਚਾ ਹੁੰਦਾ ਕਿ ਬਾਬੇ ਅਸੀਂ ਵਿੱਕੀ ਦੇ ਮਾਮਾ ਜੀ ਆ ਵਧੀਆ ਲੱਗਦਾ ਦੇਖੋ ਜੇ ਜਮੀਨੀ ਪੱਧਰ ਤੇ ਗੱਲ ਕੀਤੀ ਹੈ ਸੱਚਾਈ ਬਿਆਨ ਕਰਦੀਆਂ ਕੁਝ ਅਜਿਹੀਆਂ ਚੀਜ਼ਾਂ ਵੀ ਹੁੰਦੀਆਂ ਜਿਵੇਂ ਪੰਜਾਬ ਦੇ ਜੇਕਰ ਹਾਲਾਤਾਂ ਦੀ ਗੱਲ ਕੀਤੀ ਜਾਵੇ ਤੇ ਉਹ ਮਤਲਬ ਹੁਣ ਦੇ ਨੌਜਵਾਨ ਜਿਹੜੇ ਨੇ ਉਹਨਾਂ ਦਾ ਰੁਝਾਨ ਬਾਹਰ ਵੱਲ ਦਾ ਹੋ ਗਿਆ ਜਾਂ ਜਿਹੜੇ ਰਹਿ ਗਏ ਨੇ ਕਿਤੇ ਨਾ ਕਿਤੇ ਉਹ ਜਾਂ ਨਸ਼ਿਆਂ ਵੱਲੋਂ ਤੁਰ ਪਏ ਨੇ ਜਾਂ ਕਿਤੇ ਨਾ ਕਿਤੇ ਉਹ ਰਾਹ ਪੜ ਅੱਗੇ ਨੇ ਦਾ ਵਿੱਕੀ ਵਾਲਾ ਦੇਖ ਕੇ ਜਾਂ ਉਹਨਾਂ ਨੌਜਵਾਨ ਵੇ ਵਾਲਾ ਦੇਖ ਕੇ ਕਿਤੇ ਖਿਆਲ ਆਉਂਦਾ ਕਿ ਪੰਜਾਬ ਦੇ ਅਜੇ ਹੋਰ ਵੀ ਨੌਜਵਾਨ ਇਦਾਂ ਦੇ ਹੋਣੇ ਚਾਹੀਦੇ ਨੇ ਦੇਖੋ ਜਿਹੜਾ ਨਸ਼ਿਆਂ ਦਾ ਦੌਰ ਸੀ ਨਾ ਨਸ਼ਿਆਂ ਦੇ ਵਿੱਚ ਸਾਡੇ ਹੁਣ ਹੈ ਤਾਂ ਗੱਲਾਂ ਕਰਨ ਨੂੰ ਤਾਂ ਬਹੁਤ ਲੰਬੀਆਂ ਨੇ ਸਾਡੇ ਪੋਲਿਟਿਕਸ ਤੇ ਵੀ ਅਸੀਂ ਗੱਲਾਂ ਕਰ ਸਕਦੇ ਹਾਂ ਕਿ ਨਸ਼ੇ ਉਹਦੇ ਕਰਕੇ ਵੀ ਫੈਲੇ ਆ ਹੋਰ ਕਈ ਕਾਰਨਾ ਕਰਕੇ ਫੈਲੇ ਆ ਪਰ ਅਗਰ ਅਸੀਂ ਅੰਦਰੋਂ ਨਾ ਚਾਹਾਂਗੇ ਜਿਹੜਾ ਬੰਦਾ ਵਾ ਉਹ ਨਾ ਚਾਹਵੇ ਕਿ ਮੈਂ ਨਸ਼ਾ ਨਹੀਂ ਖਾਣਾ ਹੁਣ ਵਿੱਕੀ ਤੁਹਾਡੇ ਸਾਹਮਣੇ ਮਿਸਾਲ ਆ ਅਸੀਂ ਆਪ ਮਿਸਾਲ ਆ ਅਸੀਂ ਵੀ ਨਸ਼ਾ ਨਹੀਂ ਅਜੇ ਤੱਕ ਕੀਤਾ ਕੋਈ ਅਸੀਂ ਵੀ ਬਿਲਕੁਲ ਸੋਫੀ ਆ ਬਿਲਕੁਲ ਨਾ दारू ਨਾ ਕੋਈ ਹੋਰ ਚੀਜ਼ ਬਿਲਕੁਲ ਨਹੀਂ ਖਾਂਦੇ ਵੈਜੀਟੇਰੀਅਨ ਆ ਟੋਟਲੇ ਤੇ ਇਸੇ ਤਰ੍ਹਾਂ ਹੀ ਇਹ ਵੀ ਬਚਪਨ ਤੋਂ ਹੀ ਕੁਝ ਨਹੀਂ ਖਾਂਦਾ ਪੀਂਦਾ ਨਸ਼ਾ ਬਿਲਕੁਲ ਨਹੀਂ ਕਰਦਾ ਨਸ਼ੇ ਵਾਲ ਨੂੰ ਜਾਨ ਹੀ ਨਹੀਂ ਬਣਿਆ ਕਿਉਂ ਫੈਮਿਲੀ 'ਚ ਨਸ਼ਾ ਹੁੰਦਾ ਤਾਂ ਸ਼ਾਇਦ ਇਹ ਨਸ਼ੇ ਵਾਲ ਨੂੰ ਇਹਦਾ ਵੀ ਜਾਨ ਥੋੜਾ ਬਹੁਤ ਜਾਂਦਾ ਜਾਂ ਕੋਈ ਇਹਦੀ ਜਾਰੀ ਦੋਸੀ ਇਸ ਤਰ੍ਹਾਂ ਦੀ ਪੈ ਜਾਂਦੀ ਵੀ ਉਹ ਨਸ਼ੇ ਵਾਲ ਨੂੰ ਇਹ ਨਹੀਂ ਤੁਰਿਆ ਥੋੜਾ ਜਿਹਾ ਇਹਦਾ ਬਚਪਨ ਤੋਂ ਖੇਡਾਂ ਵੱਲ ਨੂੰ ਸ਼ੌਕ ਜ਼ਿਆਦਾ ਹਰ ਸ਼ਾਮ ਨੂੰ ਰਹਿੰਦੇ ਸੁਲਤਾਨਪੁਰ ਹੁੰਦੇ ਸੀਗੇ ਭੈਣ ਜੀ ਤੇ ਇਹ ਸਾਡੇ ਕੋਲੇ 4 ਕਿਲੋਮੀਟਰ ਦਾ ਸਾਡਾ ਪਿੰਡ ਆ ਉਹ ਸਾਡੇ ਕੋਲੇ ਸ਼ਾਮ ਨੂੰ ਆ ਹੀ ਜਾਂਦਾ ਹੁੰਦਾ ਸੀ ਅਸੀਂ ਜਦੋਂ ਜਵਾਨ ਹੁੰਦੇ ਸੀ ਅਸੀਂ ਮੜਮੜਾ ਕਬੱਡੀ ਖੇਡਣੀ ਜਾਂ ক্রিকেট ਖੇਡਣੀ ਜਾਂ ਵਾਲੀਬਾਲ ਖੇਡਣਾ ਫੁੱਟਬਾਲ ਖੇਡਣਾ ਐਸੀ ਗੇਮਾ ਪਿੰਡ ਜਿਹੜੇ ਸ਼ਾਮ ਨੂੰ ਖੇਡਦੇ ਹੁੰਨੇ ਆਪਾਂ ਉੱਥੇ ਆ ਕੇ ਇਹਨੇ ਸਾਡੇ ਨਾਲ ਖੇਡਣਾ ਗੇਮ ਇਹਦੀ ਵਧੀਆ ਸੀ ਸ਼ੁਰੂ ਤੋਂ ਹੀ ਕਿਉਂ ਇਹਦਾ ਸਰੀਰ ਦੇ ਵਿੱਚ ਫੁਰਤੀ ਸੀ ਕਾਫੀ ਸ਼ੁਰੂ ਤੋਂ ਹੀ ਐਕਸਰਸਾਈਜ਼ ਕਰਦਾ ਸੀ ਸ਼ੁਰੂ ਤੋਂ ਭੱਜਣ-ਡੱਟਣ ਦਾ ਸ਼ੌਕ ਸੀ ਬਚਪਨ ਚ ਪਹਿਲਾਂ ਪ੍ਰਾਇਮਰੀ ਦੇ ਵਿੱਚ ਖੋਖੋ ਦੀ ਟੀਮ ਦੇ ਵਿੱਚ ਕਾਫੀ ਉੱਚਾ ਗਾਂ ਦਾ ਖੇਡਿਆ ਸੀ ਤੇ ਮਿਡਲ ਸਕੂਲ ਦੇ ਵਿੱਚ ਵੀ ਖੇਡਦਾ ਰਿਹਾ ਜਾਨੀ ਉਹਦੇ ਕਰਕੇ ਇਹਦਾ ਸਰੀਰ ਵਧੀਆ ਸੀ ਇਹ ਸਰੀਰ ਇਹਨੂੰ ਫਿਰ ਜਿਹੜਾ ਜਿੰਨੇ ਹੁਣ ਕ੍ਰਿਕਟ ਦੀ ਗੱਲ ਕਰ ਲਈਏ ਕ੍ਰਿਕਟ ਦੇ ਅਸੀਂ ਪਿੰਡ ਵਿੱਚ ਸ਼ਾਮ ਨੂੰ ਖੇਡਦੇ ਹੁੰਨਾ ਮੈਂ ਪਿੱਛੇ ਕੀਪਿੰਗ ਕਰਦੇ ਹੁੰਨਾ ਤਾਂ ਮੈਂ ਇਹਨੂੰ ਦੱਸਣਾ ਵੀ ਕਿ ਤੂੰ ਬੋਲਿੰਗ ਕਰ ਰਿਹਾ ਬੋਲਿੰਗ ਬਹੁਤ ਫਾਸਟ ਸੀ ਇਹਦੀ ਮੈਂ ਉਹਨੂੰ ਕਹਿੰਦਾ ਵੀ ਕਿ ਤੂੰ ਇਸਥਾਨੀ ਇਸਥੇ ਇੱਥੇ ਬਾਲ ਪਾ ਜਰ ਉਹਨੂੰ ਉਸਨੂੰ ਲਾਈਨ ਦਾ ਪਤਾ ਲੱਗ ਜਾਂਦਾ ਸੀ ਪਿੱਛੇ ਵਿਕੜਿਆਂ ਨੂੰ ਤਾਂ ਇਹਨੇ ਉੱਥੇ ਬੋਲ ਬੋਣ ਦੇ ਵਿਕਟਾ ਜਾਣੀ ਮਤਲਬ ਇਹ ਉਸ ਚੀਜ਼ ਨੂੰ ਫਾਲੋ ਕਰਦਾ ਸੀ ਜੇ ਇਹਨੂੰ ਕੋਈ ਬੰਦਾ ਹੋਰ ਗਾਈਡ ਕਰਦਾ ਸੀ ਤਾਂ ਉਹਨੂੰ ਫਾਲੋ ਕਰਦਾ ਸੀ ਉਹਦੇ ਕਰਕੇ ਇਹਦੇ ਆਪਣੇ ਵੀ ਕੋਈ ਸ਼ੌਕ ਐਸੇ ਬਣ ਗਏ ਹੌਲੀ ਹੌਲੀ ਫਿਰ ਇਹ ਕਰਾਟਿਆਂ ਵੱਲ ਨੂੰ ਹੋ ਗਿਆ ਸਕੂਲ 'ਚ ਪੜਦਾ ਪੜਦਾ ਕਰਾਟਿਆਂ ਦੇ ਵਿੱਚ ਵੀ ਇਹ ਬਲੈਕ ਬੈਲਟ ਹੋ ਗਿਆ ਫਿਰ ਟੂ بار ਡਾਊਨ ਬਲੈਕ ਬੈਲਟ ਹੋ ਗਿਆ ਉਸ ਤੋਂ ਬਾਅਦ ਇਹਨੂੰ ਕਰਨ ਨੂੰ ਲੱਗਦਾ ਸੀ ਕਿ ਮੈਂ ਦੋ ਵਾਰ ਡਾਊਨ ਤਾਂ ਹੋ ਗਿਆ ਬਲੈਕ ਬੈਲਟ 'ਚ ਹੁਣ ਮੈਂ ਅੱਗੇ ਕੀ ਕਰਾਂ ਫਿਰ ਇਹਨੇ ਆਪਣੀ ਆ ਖੋਜ ਕਰਦੇ ਕਰਦੇ ਲੱਭ ਕੇ ਆਹਾ ਇੱਕ ਇਵਨ ਲੱਭਿਆ ਕਿ ਮੈਂ ਮੇਰਾ ਜਿਹੜਾ ਸਰੀਰ ਆ ਜਾਂ ਮੇਰੀ ਜਿਹੜੀ ਬਾਡੀ ਆ ਉਹ ਇਸ ਚੀਜ਼ ਨੂੰ ਮੈਂ ਬਹੁਤ ਵਧੀਆ ਕਰ ਸਕਦਾ ਜਿਵੇਂ ਪੁਸ਼-ਅਪ ਲਾਵਾਂ ਔਨ ਦਾ ਥੰਬਸ ਔਰ ਇਹਨੇ ਕਈ ਸਾਲ ਲیتے ਫਿਰ ਵਰਕਆਊਟ ਕੀਤਾ ਤੇ ਇਹਦਾ ਰਿਕਾਰਡ ਇਹਦੇ ਹੱਥ 'ਚ ਆ ਹੁਣ ਵਧੀਆ ਬਣ ਗਿਆ ਕਿਉਂ 80 ਪੁਸ਼-ਅਪ ਵਾਲਾ ਰਿਕਾਰਡ ਕੋਈ ਛੋਟਾ ਰਿਕਾਰਡ ਨਹੀਂ ਹੈ ਬਹੁਤ ਵੱਡਾ ਰਿਕਾਰਡ ਹੈ ਛੇਤੀ ਟੁੱਟਣ ਦੀ ਸੰਭਾਵਨਾ ਨਹੀਂ ਹੈ ਚਲੋ ਪਰ ਹਾਂ ਨਹੀਂ ਤੋੜਨ ਅਸਤਾ ਕਹਿੰਦੇ ਆ ਹੌਲ ਬੰਦੇ ਆਉਣ ਤੋਂ ਅੱਗੇ ਵਧਣ ਇਸ ਤੋਂ ਪਰ ਇਹ 80 ਵਾਲਾ ਛੇਤੀ ਟੁੱਟਣਾ ਨਹੀਂ ਕਿਉਂ ਸੈਕਿੰਡ ਤੋਂ ਵੀ ਘੱਟ ਟਾਈਮ 'ਚ ਇੱਕ ਪੁਸ਼-ਅਪ ਕਰਨਾ ਔਰ ਲਗਾਤਾਰ 1 ਮਿੰਟ ਕਰਨਾ ਬਹੁਤ ਔਖਾ ਕੰਮ ਆ। ਸਾਰਾ ਪਰਿਵਾਰ ਬੇਹਦੀ ਖੁਸ਼ ਨਜ਼ਰ ਆ ਰਿਹਾ ਹੈ ਵੀ ਕਿਦੋਲ ਜੀ ਦਾ ਪਰ ਜਿਸ ਦਾ ਸਭ ਤੋਂ ਅਹਿਮ ਯੋਗਦਾਨ ਹੁੰਦਾ ਹੈ ਆਪਣੇ ਬੱਚੇ ਦੀ ਕਾਮਯਾਬੀ ਪਿੱਛੇ ਆ ਜੋ ਮਾਂ ਮੇਰੇ ਨਾਲ ਨੇ ਕਿਵੇਂ ਦਾ ਮਹਿਸੂਸ ਹੋ ਰਿਹਾ ਪੁੱਤ ਦੀ ਇਸ ਕਾਮਯਾਬੀ ਤੇ ਮੈਂ ਬੇਟਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਬਿਲਕੁਲ ਬਿਲਕੁਲ ਜਦੋਂ ਬੱਚੇ ਸਹੀ ਲਾਈਨ ਫੜਦੇ ਨੇ ਕਾਮਯਾਬ ਹੁੰਦੇ ਨੇ ਲੋਕਾਂ ਲਈ ਇੱਕ ਐਗਜ਼ੈਂਪਲ ਬਣਦੇ ਨੇ ਤੇ ਬਹੁਤ ਗਰਭ ਹੁੰਦਾ ਕਿਉਂਕਿ ਮੈਂ ਮੇਰੀ ਆਪਣੀ ਵੀ ਸੋਚ ਹਮੇਸ਼ਾ ਕਿਉਂਕਿ ਮੈਂ ਟੀਚਰ ਰਹੀ ਹਾਂ ਇੱਕ ਜਿਹੜਾ ਟੀਚਰ ਹੁੰਦਾ ਉਹਦੀ ਹਮੇਸ਼ਾ ਇੱਛਾ ਹੁੰਦੀ ਹੈ ਕਿ ਮੇਰੇ ਬੱਚੇ ਜਿੰਨੇ ਵੀ ਸਟੂਡੈਂਟ ਉਹਦੇ ਬੱਚੇ ਹੁੰਦੇ ਆ ਵੀ ਇਹ ਲੈਕ ਬਣਨ ਪੜਨ ਲਿਖਣ ਕਾਮਯਾਬ ਹੋਣ ਹਰ ਜਗ੍ਹਾ ਚ ਨਾਮ ਨੇ ਹਾਸਲ ਕਰੇ ਮੇਰੇ ਆਪਣੇ ਸਟੂਡੈਂਟ ਵੀ ਰਿਹਾ ਪੜਦਾ ਵੀ ਮੇਰੇ ਕੋਈ ਰਿਹਾ ਬਚਪਨ ਚ ਤੇ ਮੇਰਾ ਇਹਨੂੰ ਬਚਪਨ ਤੋਂ ਹੀ ਮੈਂ ਇਹਨੂੰ ਕਦੇ ਨਹੀਂ ਸੀ ਰੋਕਿਆ ਮੈਂ ਕਹਿੰਦੀ ਸੀ ਨਹੀਂ ਹਰ ਮੈਂ ਇਹਨੂੰ ਗੇਮ ਦੇ ਵਿੱਚ ਕਹਿਣਾ ਵੀ ਨਹੀਂ ਤੂੰ ਪਾਰਟਿਸਪੇਟ ਕਰ ਤੇ ਉਹ ਚਲੋ ਹੌਸਲਾ ਫਿਰ ਜਦੋਂ ਆਪਾਂ ਉੱਚੇ ਨੂੰ ਦਿੰਨੇ ਆ ਫਿਰ ਇਹਨੇ ਜੇ ਦੂਰ ਛੋਟੇ ਹੁੰਦੇ ਨੇ ਕੱਢਣ ਜਾਣਾ ਤਾਂ ਮੈਂ ਨਾਲ ਜਾਂਦੀ ਚ ਜਿੱਥੇ ਜਾਂ ਸ਼ਿਆਰਪੁਰ ਖੇਡਣ ਗਏ ਐ ਇੰਟਰ ਡਿਸਟ੍ਰਿਕਟ ਕਿਤੇ ਵੀ ਪੰਜਾਬ ਚ ਤਾਂ ਮੈਂ ਆਪ ਨਾਲ ਜਾਂਦੀ ਸੀ ਪੂਰਾ ਕੋਆਪਰੇਟ ਕਰਦੀ ਸੀ ਜਾਂ ਮਤਲਬ ਨਹੀਂ ਇਹ ਜਿਵੇਂ ਤੁਸੀਂ ਕਿਹਾ ਕਿ ਮੈਂ ਨਾਲ ਜਾਂਦੀ ਹੁੰਦੀ ਸੀ ਇਹ ਕਿਤੇ ਡਰ ਵੀ ਹੁੰਦਾ ਸੀ ਬੱਚੇ ਦੀ ਜਾਂ ਕਹਿ ਸਕਦੇ ਦੇਖ ਰੇਖ ਨੂੰ ਲੈ ਕੇ ਜਾਂ ਕਿਤੇ ਉਹ ਤਸ਼ਾਹੀ ਤੇ ਇੰਨਾ ਹੋ ਜਾਂਦਾ ਕਿ ਬੱਚੇ ਨੂੰ ਬੂਸਟ ਅਪ ਕਰਨਾ ਜਾਂ ਹਾਂ ਇਹ ਠੀਕ ਹੈ ਇਹ ਵੀ ਸੀ ਚਲੋ ਹੌਸਲਾ ਦੇਣਾ ਵੀ ਸੀ ਲੇਕਿਨ ਉਦੋਂ ਛੋਟਾ ਸੀ ਇਹ ਜਿੱਦਾਂ ਪੰਜਵੀਂ ਛੇਵੀਂ ਚ ਵੀ ਬੱਚਾ ਹੋਇਆ ਬਾਹਰ ਗਿਆ ਚਲੋ ਹੁੰਦਾ ਸੀ ਵੀ ਚਲੋ ਮੈਂ ਨਾਲ ਹੀ ਜਾਂਦੀ ਆ ਹੱਲਾਸ਼ੇਰੀ ਦਊ ਬੱਚੇ ਨੂੰ ਥੋੜਾ ਹੌਸਲਾ ਵਧਦਾ ਵੀ ਚਲੋ ਇਹ ਨਾਲ ਕਿਉਂਕਿ ਮੈਂ ਟੀਚਰ ਤਾਂ ਇਹਦੀ ਪਹਿਲਾਂ ਸੀ ਗਈ ਇਸ ਕਰਕੇ ਜਾਣੀ ਕਾਫੀ ਮੈਂ ਇਹਦੇ ਕਾਣ ਪਿੰਡ ਦਾ ਵੀ ਬੜਾ ਖਿਆਲ ਰੱਖਿਆ ਵਧੀਆ ਖਾਓ ਘਰ ਚ ਕਦੇ ਦੇਸੀ ਘੋਨੀ ਮੁਕਣ ਦਿੱਤਾ ਚੂਰੀਆਂ ਕੁੱਟ-ਕੁੱਟ ਜੇ ਭੁੱਖ ਲੱਗੀ ਆ ਤਾਂ ਕਹਿੰਦਾ ਮੈਂ ਤੈਨੂੰ ਚੂਰੀਆਂ ਕੁੱਟ ਦਿੰਨੇ ਆ ਕਿਉਂਕਿ ਹਾਜਮ ਹੋ ਜਾਂਦੀਆਂ ਸੀ ਐਕਸਰਸਾਈਜ਼ ਉਹ ਕਰਦਾ ਸੀ ਤੇ ਜੇ ਆਪਾਂ ਹੁਣ ਕਿ ਉਹਦਾ ਖਾਈ ਜਾਵਾਂਗੇ ਕੰਮ ਨਹੀਂ ਕਰਾਂਗੇ ਉਹ ਤਾਂ ਆਪਾਂ ਨੂੰ ਨੁਕਸਾਨ ਕਰੂ ਪਰ ਜਿਆਦਾ ਪਸਰੀਰ ਦੀ ਗਰਮੀ ਕੱਢਣੀ ਆ ਉਹਨੂੰ ਕਮਾਉਣਾ ਫਿਰ ਜੋ ਮਰਜੀ ਖਾ ਸਕਦੇ ਯਕੀਨ ਸੀ ਪੂਰਾ ਵੀ ਜਿਹੜੀ ਵੀ ਖਾਾਕ ਵੱਧ ਤੋਂ ਵੱਧ ਹੈਵੀ ਵੀ ਦਿੱਤੀ ਜਾਊਗੀ ਤਾਂ ਇਹਨੇ ਚੱਲ ਲੈਣੀ ਆ ਬਰਦਾਸ਼ਤ ਕਰੂਗਾ ਇਹਨੂੰ ਪਤਾ ਲਾਭ ਹੋਊਗਾ ਲਾਭ ਹੋਇਆ ਵੀ ਆ ਉਹਨਾਂ ਖਾਾਕਾਂ ਦੇ ਦਮ ਤੇ ਹੀ ਇੰਨੇ ਇੰਨੇ ਵੱਡੇ ਮਤਲਬ ਇੰਨੇ ਪੁਸ਼ਅਪ ਕਰ ਲੈਣੇ ਇੰਨਾ ਜਿਆਦਾ ਐਕਸਰਸਾਈਜ਼ ਕਰ ਲੈਣੀ ਇਹ ਉਹ ਖਾਾਕਾਂ ਦੀ ਵਜ੍ਹਾ ਨਾਲ ਹੀ ਆ ਜਿ ਤਰੀਰ ਚ ਤਾਕਤ ਹੀ ਨਹੀਂ ਉੱਤੇ ਕਰਕੇ ਲੈਣਾ ਇਸ ਕਰਕੇ ਬਹੁਤ ਜਿਆਦੇ ਮੈਨੂੰ ਮਾਣ ਆ ਮੈਂ ਕਹਿੰਨੀ ਸਾਰੀਆਂ ਮਾਵਾਂ ਨੂੰ ਜਿਹੜਾ ਵਾ ਆਪਣੇ ਧਿਆਨ ਨੂੰ ਆਸੇ ਪਾਸੇ ਵੰਡਣ ਤੋਂ ਨੂੰ ਛੱਡ ਕੇ ਆਪਣੇ ਬੱਚਿਆਂ ਦੀ ਡਿਵੈਲਪਮੈਂਟ ਵੱਲ ਧਿਆਨ ਦੇਣ ਦੀ ਜ਼ਰੂਰਤ ਆ ਉਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਉਹਨਾਂ ਦੀ ਐਜੂਕੇਸ਼ਨ ਦਾ ਖਿਆਲ ਰੱਖਣਾ ਔਰ ਉਹ ਕਿਸੇ ਗਲਤ ਲੈਣ ਚਤਾਨੀ ਪ੍ਰਵੇਸ਼ ਕਰ ਰਹੇ ਇਸ ਗੱਲ ਦਾ ਖਿਆਲ ਰੱਖਣਾ ਇਹ ਮਾਪੇ ਦੀ ਬਹੁਤ ਤਕੜੀ ਡਿਊਟੀ ਹੈ ਜਿਹੜੇ ਡਿਊਟੀ ਨਹੀਂ ਨਿਭਾਉਂਦੇ ਉਹ ਫਿਰ ਰੋਂਦੇ ਆ ਕਿਉਂਕਿ ਬੱਚੇ ਤਾਂ ਫਿਰ ਜੇ ਘਰੋਂ ਕੁਝ ਨਹੀਂ ਮਿਲਿਆ ਸਹੀ ਗਾਈਡਲਾਈਨ ਤਾਂ ਫਿਰ ਉਹ ਗਲਤ ਬਾਹਰੋਂ ਲੈਣਗੇ ਬਾਹਰੋਂ ਗਲਤ ਬੰਦਿਆਂ ਨਾਲ ਵੀ ਉਹਨਾਂ ਦਾ ਬਾਹ ਪੈ ਸਕਦਾ ਉਹਨਾਂ ਨੂੰ ਮਿਸ ਗਾਈਡ ਵੀ ਕਰ ਸਕਦੇ ਆ ਇਸ ਕਰਕੇ ਆਪਣੇ ਬੱਚਿਆਂ ਦੇ ਅੱਛੇ ਦੋਸਤ ਬਣ ਕੇ ਉਹਨਾਂ ਦੀ ਅੱਛੀ ਸਫਲਤਾ ਦੇ ਵਾਸਤੇ ਉਹਨਾਂ ਦੇ ਅੱਛੇ ਫਿਊਚਰ ਲਈ ਉਹਨਾਂ ਦੇ ਉਹਨਾਂ ਨੂੰ ਵਧੀਆ ਗਾਈਡ ਕਰਨਾ ਔਰ ਉਹਨਾਂ ਦੀ ਹੈਲਪ ਕਰਨੀ ਬਹੁਤ ਤਕੜੀ ਡਿਊਟੀ ਆ ਮਾਪੇ ਦੀ ਔਰ ਉਹ ਕੋਈ ਕਤਾਈ ਨਹੀਂ ਮਾਪੇ ਨੂੰ ਮਾਂ ਨੂੰ ਕਾਜ ਕਰਨੀ ਕਰਨੀ ਚਾਹੀਦੀ ਪੂਰਾ ਧਿਆਨ ਦੇਣਾ ਚਾਹੀਦਾ ਔਰ ਮੈਂ ਆਪਣੀ ਡਿਊਟੀ ਨਿਭਾਈ ਆ ਜਿਹਦਾ ਰਿਜ਼ਲਟ ਆਪਣੇ ਸਾਰਿਆਂ ਦੇ ਸਾਹਮਣੇ ਆ ਤੇ ਮੈਨੂੰ ਖੁਸ਼ੀ ਔਰ ਮੈਂ ਬਾਕੀ ਮਾਵਾਂ ਨੂੰ ਵੀ ਕਹੂੰਗੀ ਕਿ ਆਪਣੇ ਬੱਚਿਆਂ ਦਾ ਪੂਰਾ ਖਿਆਲ ਰੱਖਣ ਉਹਨਾਂ ਦੀ ਹਰ ਹਰਕਤ ਤੇ ਨਜ਼ਰ ਰੱਖਣ ਉਹ ਕੀ ਕਰਦੇ ਆ ਕਿੱਥੇ ਜਾਂਦੇ ਆ ਕੀ ਕਰਦੇ ਆ ਉਹਨਾਂ ਦੀ ਸੋਸਾਇਟੀ कैसी ਆ ਉਹਨਾਂ ਦੇ ਟੇਸਟ ਕੀ ਨੇ ਇਹ ਬਹੁਤ ਵੱਡੀ ਡਿਊਟੀ ਆ ਜੇ ਅਸੀਂ ਇਹ ਤੋਂ ਖੁੰਝ ਗਏ ਤਾਂ ਫਿਰ ਉਹ ਮਾਵਾਂ ਜਿਹੜੀਆਂ ਖੁੰਝ ਜਾਂਦੀਆਂ ਨੇ ਉਹ ਜਿਆ ਵੇਲੇ ਵਾਪਸ ਨਹੀਂ ਆਉਂਦੀਆਂ ਉਹ ਫਿਰ ਕਰਮਾਂ ਨੂੰ ਰੋਂਦੀਆਂ ਨੇ ਇਸ ਕਰਕੇ ਮੈਂ ਇਹ ਮਾਵਾਂ ਨੂੰ ਵੀ ਸੁਨੇਹਾ ਦਿੰਨੀ ਆ ਕਿ ਆਪਣੇ ਬੱਚਿਆਂ ਦਾ ਸ਼ੁਰੂ ਤੋਂ ਖਿਆਲ ਰੱਖਣ ਕਿ ਉਹ ਕੀ ਚਾਹੁੰਦੇ ਨੇ ਤੇ ਉਹਨਾਂ ਦਾ ਹੌਸਲਾ ਪਦਾ ਬਿਲਕੁਲ ਬਹੁਤ ਬੜਾ ਚੰਗਾ ਮੈਸੇਜ ਦਿੱਤਾ ਹੈ ਵਿੱਕੀ ਜੀ ਦੇ ਮਾਤਾ ਜੀ ਨੇ ਕਿਉਂਕਿ ਕਿੰਨਾ ਕਿਤੇ ਪੁੱਤਰ ਦੀ ਇਸ ਕਾਮਯਾਬੀ ਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਬੜਾ ਫਕਰ ਮਹਿਸੂਸ ਹੁੰਦਾ ਹੈ ਤੇ ਉਹਨਾਂ ਨੇ ਪੰਜਾਬ ਦੀਆਂ ਹੋਰ ਵੀ ਮਾਵਾਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਸਵਾਰਨ ਦੇ ਲਈ ਉਹਨਾਂ ਨੂੰ ਅੱਗੇ ਆਣਾ ਚਾਹੀਦਾ ਹੈ ਤੇ ਉਹਨਾਂ ਦੀ ਕਾਮਯਾਬੀ ਦੇ ਵਿੱਚ ਇਸੇ ਤਰ੍ਹਾਂ ਹੀ ਉਹਨਾਂ ਨੂੰ ਖੁਸ਼ੀ ਦਾ ਇਜ਼ਹਾਰ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਵੀ ਬੱਚੇ ਜਿਹੜੇ ਨੇ ਵੱਧ ਚੜ ਕੇ ਆ ਕੇ ਉਹਨਾਂ ਤੇ ਆਪਣੇ ਭਵਿੱਖ ਨੂੰ ਸਵਾਰਨ ਤੇ ਇਸ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਇਆ ਜਾ ਸਕੇ ਕੈਮਰਾ ਪਰਸਨ ਵਰੁਣ ਸ਼ਰਮਾ ਦੇ ਨਾਲ ਚੰਦਰ ਮੜੀਆ ਜਗਬਾਣੀ ਟੀਵੀ ਸੁਲਤਾਨਪੁਰਪੁਰ